ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਗਦੇਵ ਖੁਰਦ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਪ੍ਰੇਮ ਸਿੰਘ ਹੁਣਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਵਾ, ਅਤੇ ਦੋਵੇਂ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ? ਠੀਕ ਠਾਕ ਜੀ, ਵਧੀਆ ਵਧੀਆ ਕਿਰਪਾ ਮਹਾਰਾਜ ਦੀ ਵੀਰ ਜੀ ਤੁਸੀਂ। ਚਲੋ ਵਧੀਆ, ਕਿਰਪਾ ਹੀ ਚਾਹੀਦੀ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਪ੍ਰੇਮ ਸਿੰਘ, ਪਿੰਡ ਜਗਦੇਵ ਖੁਰਦ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦਿਓ। 9502196। ਠੀਕ ਹੈ, ਪਰਸੋਂ ਦੇ ਸਾਰੇ ਕੁੰਡੇ ਭਰੇ ਸੀ, ਅੱਜ ਵਿਹਲ ਜਿਹਾ ਕਰਤਾ ਜੀ। ਅੱਜ ਤਾਂ ਤੁਹਾਨੂੰ ਪਤਾ, ਜੋ ਉੱਧਰਲੇ ਬਰਾਂਡੇ 'ਚ ਵੀ ਨਹੀਂ ਮਾਲ ਇੰਨਾ ਹੈਗਾ। ਠੀਕ ਹੈ, ਵੇਖ ਗਿਆ ਸਾਰਾ ਕਿ ਮਾਲ ਲੱਭਿਆ ਨਹੀਂ? ਸਾਰਾ ਹੀ ਮਾਲ ਵੇਖ ਗਿਆ ਵੀਰ ਜੀ। ਅੱਛਾ, ਮਾਲ ਲੱਭਣ ਘੱਟ ਗਿਆ, ਮਾਲ ਦੀ ਥੋੜੀ ਸ਼ਾਰਟ ਆ ਬਾਹਰ। ਪਰਸੋਂ ਸਭ ਮੱਝਾਂ ਮੁੱਝਾਂ ਸਭ ਮੱਝਾਂ ਮੁੱਝਾਂ ਵੇਖੀਆਂ, ਗਾਵਾਂ ਗੂਵਾਂ। ਹਾਂਜੀ ਠੀਕ ਹੈ। ਹਾਂਜੀ, ਤੇ ਅੱਜ ਦੋ ਹੀ ਲੱਭੀਆਂ ਫਿਰ? ਦੋ ਹੀ ਮਿਲੀਆਂ, ਦੋ ਹੀ, ਮੈਂ ਦੋ ਹੀ ਪਾ ਦਿੰਦੇ। ਠੀਕ ਹੈ, ਚਲੋ ਫਿਰ ਹੈਗੀਆਂ ਦੋਵੇਂ ਜਰਸੀਆਂ ਹੀ ਆ, ਵੀ ਜਰਸੀ ਕਰੋਸ ਹੀ ਆ ਜਿਹੜੀ। ਥਾਣਾ ਬੜਾ ਪਿਆਰਾ ਲੱਗਾ ਇਹਦੇ ਕੋਲ, ਥਾਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਹਾਂ, ਕਾਫੀ ਪਿਆਰਾ ਵਾ। ਤੇ ਆਹ ਵੱਛੀ ਜੇ ਮਗਰ ਵੱਛੀ ਵੀਰ ਜੀ, ਵੱਛੀ ਆਹ ਵੇਖੋ, ਨਾੜੂ ਨਾਲ ਬੱਚੇ ਦਾ ਵੀਰ ਜੀ, ਇਹ ਆਹ ਵੇਖੋ ਵੀਰ ਜੀ, ਬਾਕੀ ਇਹ ਆ ਕਿ ਹੈ ਗਰਮੀ ਵਾਲੀ ਆ। ਹਾਂਜੀ, ਨਾ ਵੀਰ ਜੀ ਇਹਨੂੰ ਕੋਈ ਗਰਮੀ ਦਾ ਡਰ ਨਾ, ਕੋਈ ਇਹਨੂੰ ਘਰਕਣ ਘਰਕਣਾ ਨਹੀਂ ਨਾ। ਹਾਂਜੀ ਹਾਂਜੀ, ਗੱਲਾਂ ਬਾਅਦ। ਹਾਂਜੀ, ਬਾਕੀ ਵੀ ਜੀ ਥਾਣ ਵੇਖੋ, ਕਿਹੜੀ ਕਿਹੜੀ ਵਿੱਤੀ ਤੇ ਲੱਗਾ ਬੈਠ ਨੂੰ, ਥਾਣਾ ਪੂਰਾ ਦੂਰ ਦੂਰ ਲੱਗਾ ਹੈ। ਸਵਾਨੇ ਦੀ ਬਣਾਵਟ ਵੇਖੋ ਬਸ, ਲੈ ਜਾ। ਕਿੰਨਾ ਮੁੱਲ ਮੁੱਲ ਦੇ ਵੀਰ ਜੀ? ਜਿੰਨਾ ਦੇ ਥੱਲੇ ਥਣ ਭਾਂਡਾ, ਜਿੰਨਾ ਬੋਲਾ ਸਟਾਰਟਿੰਗ ਤੇ, ਇਹਨੂੰ ਕਿਹੜਾ ਗਰਮੀ ਦੀ ਕੋਈ ਗੱਲ ਆ? ਇਹਨੇ ਅਰਮਾਨ ਨਾਲ ਭਾਵੇਂ ਗਰਮੀਆਂ ਹੋਏ ਸਿਆਲ ਹੋਵੇ, ਇਹਨੇ ਦੁੱਧ ਕੱਢਣਾ ਹੀ ਕੱਢਣਾ। ਮੁੱਲ ਜਾਇਜ਼ ਹੀ ਆਪਾਂ ਕਰ ਦਈਏ। ਕਿੰਨਾ ਮੁੱਲ ਦੇ ਵਿੱਚ? ਜਿੰਨੀ ਚੱਡਾ ਹਵਾਨਾ ਲੱਗਾ ਗਾਂ ਨੂੰ, ਜਿੰਨਾ ਦੁੱਧ ਆ, ਹਾਂਜੀ, ਮੁੱਲ ਤੇ ਖੁੱਲ੍ਹਾ ਹੀ ਕਰਾਉਂਦੀ, ਹੁਣ ਜਾਇਜ਼ ਹੀ ਕਰ ਦਈਏ। ਕਿੰਨਾ ਮੁੱਲ ਕਰਨ ਨੂੰ? ਭਾਵੇਂ 50 ਕਰਾ ਲਓ, 45,000 ਦੀ ਵੈਟ ਦੇ ਦਾਂਗੇ। 45,000 ਦੀ ਮੈਂ ਦੇ ਦਾਂਗੇ 45,000। ਮੌਕੇ ਤੇ ਹੋਰ ਕਰ ਦੋਗੇ? ਬਾਕੀ ਥਾਣ ਵੇਖੋ ਕਿੱਡਾ ਲੰਮਾ ਲੱਗਾ ਵੈਟ ਦਾ। ਥਾਣ ਤੇ ਬੜਾ ਪਿਆਰਾ ਵਾ, ਹਾਂਜੀ, ਭਾਵੇਂ ਕੋਈ ਛੋਟਾ ਜਿਹਾ ਬੱਚਾ ਚੋਲੇ ਤੇ 45 ਦੇ ਮੌਕੇ ਤੇ ਜਮਾਂ ਤਾਂ ਕੋਈ ਨਹੀਂ, ਮੌਕੇ ਤੇ ਕਰ ਦਾਂਗੇ ਥੋੜਾ ਬੋਤਾ। ਠੀਕ ਆ, ਤੇ ਆਪਣੇ ਡਾਕਟਰ ਸਾਹਿਬ ਵੀ ਪਹੁੰਚ ਚੁੱਕੇ ਆ। ਮਗਰ ਵੀ ਜੀ ਵੱਛੀ ਜੇ ਕਈ ਵੀਰ ਭਰਾ ਦਿੰਦੇ ਨਾ, ਕੀ ਆ ਮਗਰ ਵੱਛੀ ਜੇ। ਠੀਕ ਆ, ਹਾਂਜੀ ਹਾਂਜੀ, ਤੇ ਡਾਕਟਰ ਸਾਹਿਬ ਪਹੁੰਚ ਚੁੱਕੇ ਆਪਣੇ? ਠੀਕ ਆ, ਹਾਂਜੀ ਹਾਂਜੀ। ਹੋਰ ਡਾਕਟਰ ਸਾਹਿਬ ਕੀ ਹਾਲ ਚਾਲ ਜੀ? ਵਧੀਆ, ਠੀਕ ਠਾਕ ਜੀ? ਛੁੱਟੀਆਂ ਪੈ ਗਈਆਂ ਸਕੂਲੋਂ? ਹਾਂਜੀ ਪੈ ਗਈਆਂ। ਠੀਕ ਆ, ਤੇ ਹੁਣ ਪ੍ਰਿੰਸ ਭਾਈ ਦਾ ਧਿਆਨ ਰੱਖ ਦੇ ਤੁਸੀਂ ਫਿਰ। ਹਾਂਜੀ ਹਾਂਜੀ, ਠੀਕ ਆ, ਹੁਣ ਇਹ ਛੁੱਟੀਆਂ ਜੀ ਇੱਥੇ ਹੀ ਆ ਕੇ ਫਿਰ। ਠੀਕ ਆ, ਹਾਂਜੀ ਹਾਂਜੀ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਜਰਸੀ ਵੈੜ ਹੈ ਜੀ। ਠੀਕ ਹੈ, ਇਹਦੇ ਵੀ ਥਾਂ ਦੀ ਬਣਾਵਟ, ਬਾਕੀ ਹਾਰੀ ਸਾਰੀ ਵੈੜ ਨੂੰ ਵੀਰ ਜੀ ਜੱਸੀ ਨੂੰ ਥਾਣੀ ਇਹੋ ਜਿਹਾ ਲੱਗਾ ਹੁੰਦਾ। ਹਾਂਜੀ ਹਾਂਜੀ, ਆਪ ਥਾਣ ਵੇਖੋ ਲੱਗਾ ਵੀਰ ਜੀ, ਹਾਰੀ ਸਾਰੀ ਨੂੰ ਨੀ ਵੀਰ ਜੀ ਵੈੜ ਨੂੰ ਲੱਗਾ ਹੁੰਦਾ। ਕਿੰਨਾ ਜੀ ਇਹਦੇ ਕੋਲ ਦੁੱਧ? ਦੁੱਧ ਵੀਰ ਜੀ ਇਹਦੇ ਮਗਰ ਨਾ ਵਸ਼ੀ ਹੀ ਪ੍ਰੀਤ ਬੁੱਲ ਦੀ। ਅੱਛਾ, ਹਾਂਜੀ,
ਵਛੀ ਨਾ ਉਹ ਵੀਰੋ ਨੀ ਆਉਂਦੇ ਆ ਵੀ ਸਾਨੂੰ ਥੋੜੀ ਜਿਹੀ ਨਾ ਪੈਸਿਆਂ ਦੀ ਹੈਗੀ ਲੋੜ, ਹਾਂਜੀ, ਤੇ ਤਦ ਕਰਕੇ ਅਸੀਂ ਗਾਂ ਵੇਚਣੀ ਨਹੀਂ ਤੇ ਅਸੀਂ ਗਾਂ ਨਹੀਂ ਵੇਚਣੀ। ਅੱਛਾ, ਤੇ ਵਛੀ ਉਹਨਾਂ ਰੱਖ ਲਈ ਆ। ਅੱਛਾ, ਵਛੀ ਅਸੀਂ ਦੇਖਿਆ ਵਛੀ ਦੇ ਦੋ ਨਾਲ ਤੇ ਆਪਦੇ ਵੀ ਬੜੀ ਰੀਝਾਂ ਨਾਲ ਪਾਲੀ ਆ ਵਛੀ। ਅੱਛਾ, ਹਾਂਜੀ, ਦੁੱਧ ਛੱਡ ਛੱਡ ਕੇ। ਅੱਛਾ, ਤੇ ਆਉਂਦੇ ਸੀ ਵੀ ਟੀਕਾ ਵੀ ਚੰਗਾ ਭਰਾਇਆ ਆਪਾਂ, ਹਾਂਜੀ, ਲੈਣ ਨੂੰ। ਤੇ ਬਾਕੀ ਇਹ ਵੀ ਵਛੀ ਵੱਡੀ ਪੰਜਾਬ ਵਾਲੀ ਜਰਸੀ ਆ, ਹਾਂਜੀ ਹਾਂਜੀ। ਬਾਕੀ ਬੋਡੀ ਵੇਟ ਚ ਵੇਖੋ ਕਿੰਨੀ ਵੇਲ ਕਿੰਨੀ ਆ ਵੈੜ ਦੀ। ਹਾਂਜੀ, ਦੁੱਧ ਕਿੰਨਾ? ਦੁੱਧ ਵੀਰ ਜੀ ਇਹਦੇ ਕੋਲ ਤੇ ਹੈਗਾ ਸੀ 13 ਕਿਲੋ। ਹਾਂਜੀ, ਹੁਣ ਪਰ ਆਪਾਂ ਉਹਨਾਂ ਦੇ ਘਰੋਂ 13 ਕਿਲੋ ਚੁਗ ਲੈਂਦਾ। ਹੁਣ ਜਿਹੜਾ ਪੱਕਾ ਦੁੱਧ ਹੋਊਗਾ ਨਾ ਪੂਰਾ ਠੰਡਾ ਕਰਕੇ 11 ਕਿਲੋ ਦੁੱਧ ਹੋਊਗਾ, ਨਿਕਲੂਗਾ ਗਲੇ ਦੇ ਘਰ ਜਾ ਕੇ 13 ਕਿਲੋ ਹੀ। ਅੱਛਾ, ਫੇਰ ਵੀਰ ਜੀ ਉਹਨੇ ਉੱਥੇ ਚੱਲ ਜਾਣਾ ਕਿਉਂਕਿ ਮੱਛੀ ਵੁਛੀ ਥੱਲੇ ਪੈਂਦੀ ਸੀ। ਹਾਂਜੀ ਹਾਂਜੀ, ਹੁਣ ਆਪਾਂ ਇੰਝ ਹੀ ਚੁਣਨੇ ਆ। ਠੀਕ ਆ, ਤੇ ਬਾਕੀ ਠੰਡੀ ਇਹਨੂੰ ਕਿਹੜੀ ਪਰਵਾਹ ਮੱਛੀ ਦੀ, ਵੇਖੋ ਪੱਠੇ ਗੰਜ ਦਹੀਂ ਖਾਣ। ਹਾਂਜੀ, ਤੋਰੋ ਫਿਰ ਇਹਨੂੰ। ਆਹ ਵੇਖੋ ਵੀਰ ਜੀ, ਫੇਸ ਦੇਖੋ ਕਿੱਡਾ ਠੁਕਵਾ ਲੱਗਾ, ਵੱਡੀ ਪੰਜਾਬ ਵਾਲੀ ਵੀਰ ਜੀ ਜਰਸੀ ਆ। ਬਾਕੀ ਕੱਦ ਕਾਠ ਵੇਖੋ ਵੀਰ ਜੀ, ਬਾਕੀ ਜਿੰਨੀ ਵੀ ਹੈਗੀ ਬਣਾਵਟ ਚ ਸੋਹਣੀ ਵੈੜ ਥਾਣ, ਵੇਖੋ ਕਿੱਡਾ ਕਿਹੜੇ ਗੈਪ ਤੇ ਲੱਗਾ ਵੈੜ ਨੂੰ। ਅੱਜ ਆਪਾਂ ਡਾਕਟਰ ਸਾਹਿਬ ਗਾਵਾਂ ਤੋਰ ਕੇ ਦਿਖਾਉਂਦੇ ਆ। ਬਾਕੀ ਹਵਾਨੇ ਦੀ ਜਿੰਨੀ ਵੀ ਬਣਾਵਟ ਹੈ ਵੀਰ ਜੀ ਸੋਹਣੀ ਆ। ਬਾਕੀ ਦਿੰਦੀ ਵੀਰ ਜੀ ਇਹ ਵਛੀਆਂ ਹੀ ਜੇ। ਠੀਕ ਆ, ਦਿੰਦੀ ਹਰ ਸੂਬੇ ਆਉਂਦੇ ਵਛੀ ਦਿੰਦੀ ਆ। ਠੀਕ ਆ, ਦੂਜਾ ਸੂਬਾ ਦੂਜੇ ਸੂਬੇ ਵਛੀ ਦਿੱਤੀ ਇਹਨੇ। ਅੱਛਾ, ਹੁਣ ਜਦੋਂ ਗਾਂ ਕੋਈ ਵੀਰ ਭਰਾ ਖੜੂਗਾ, ਹਾਂਜੀ, ਤੇ ਫਿਰ ਤੀਜੇ ਸੂਬੇ ਸੂਗੀ। ਠੀਕ ਆ, ਫਿਰ ਵੀ ਵਛੀ ਦਊਗੀ। ਅੱਛਾ, ਅੱਜ ਜੇ ਐਤੀ ਵਛੀ ਦਿੱਤੀ ਦੇ। ਠੀਕ ਆ, ਚਲੋ ਮਹਾਰਾਜ ਦੇ ਰੰਗ ਆ। ਹਾਂਜੀ ਹਾਂਜੀ, ਮਾੜੀਆਂ ਜੀ ਮੇਰੀ ਧਾਰਾਂ ਮਰਵਾ ਦੀਆਂ ਦੀਆਂ, ਦਿਖਾ ਦਾ ਫਿਰ ਥਾਣ ਦੇਖ ਸਕਦੇ ਤੇ ਲੱਗੇ ਦਾ। ਵੇਖੋ ਵੀਰ ਜੀ, ਬਾਕੀ ਹਾਰੀ ਸਾਰੀ ਨੂੰ ਵੀਰ ਜੀ ਪੰਜਾਬ ਵਾਲੀ ਜਰਸੀ ਨੂੰ ਥਾਣ ਇਹੋ ਜਿਹਾ ਲੱਗਾ ਹੁੰਦਾ ਵਾ, ਛੋਟੀ ਜਿਹੜੀ ਜਰਸੀ ਹੁੰਦੀ ਉਹਨੂੰ ਥਾਣ ਛੋਟਾ ਹੁੰਦਾ, ਬੜੀ ਆਪਾਂ ਵੀ ਲਿਆ ਕੇ ਵੇਚੀ ਦੀਆਂ। ਬਾਕੀ ਚਵਾਰ ਮੈਨੂੰ ਪਤਾ ਮੋਟਰ ਆ ਦੇ ਸਰਮਰਸੀਬਲ ਮੋਟਰ ਹੀ ਆ। ਵੇਖੋ ਠੀਕ ਆ, ਵੇਖੋ ਵੀਰ ਜੀ ਚਵਾਰ ਦੇ ਧਾਰ ਕਿਹੜੀ ਕਿਹੜੀ ਮੋਟੀ, ਵੇਖੋ ਮਗਰ ਲੈਂਦਾ ਵਿਖਾ ਦਈਏ, ਪਿਛ ਲੈਂਦਾ ਚਵਾਰ ਦਿਖਾ ਦਾ। ਹਾਂ ਵੇਖੋ ਵੀਰ ਜੀ, ਠੀਕ ਆ ਜੀ, ਦੱਸੀਏ ਤਾਂ ਮੁੱਲ ਠੰਡੀ ਠੰਡੀ ਬਹੁਤ ਜ਼ਿਆਦਾ ਠੰਡੀ ਹੈ। ਕਿੰਨਾ ਮੁੱਲ ਫਿਰ ਮੋਲੇ ਦਾ? ਜਾਇਜ਼ ਕਰ ਦਈਏ, ਜਾਇਜ਼ ਕਿੰਨਾ ਕਰ? ਬਾਕੀ ਵਿੱਚ ਜਿੰਨੀ ਬਰੀਡ ਚ ਆ, ਤੁਹਾਨੂੰ ਪਤਾ ਇਹੋ ਜਿਹੀਆਂ ਕਾਂਜ ਵਛੀਆਂ ਕਿਣੇ ਕਿਣੇ ਦੀਆਂ ਦਈਆਂ ਵੀ ਕਣ। ਹਾਂਜੀ, ਜਰਸੀਆਂ। ਹੁਣ ਮੁੱਲ ਵੀਰ ਜੀ ਜੇ ਤੇ ਚਲੋ ਵਛੀ ਨਾਲ ਹੁੰਦੀ ਤੇ ਚਲੋ ਉਹ ਪਤਾ ਲੱਗ ਹੀ ਜਾਣਾ, ਜਿਹੜੇ ਵੀਰ ਨੂੰ ਪਰਖਿਆ ਨਾ, ਹਾਂਜੀ, ਉਹਨੇ ਆਪੇ ਵੇਖ ਕੇ ਦੱਸ ਦੇਣਾ ਵੀ ਗਾਂ ਕਿੰਨੇ ਕੁ ਜਰਦੀ ਸੂਈ ਹੋਊਗੀ। ਹਾਂਜੀ ਹਾਂਜੀ, ਜਿਹਨੂੰ ਪਰਖਿਆ। ਤੇ ਬਾਕੀ ਵਿੱਚ ਗਾਂ ਦੁੱਧ ਵਾਲੀ ਆ, ਇਹਨੇ 13-14 ਕਿਲੋ ਰਮਾਨਾ ਗਰਮੀ ਚ ਵੀ ਦੁੱਧ ਚਵਾਈ ਜਾਣਾ। ਹਾਂਜੀ, ਹੁਣ ਆਪਾਂ ਆਪਣੇ ਘਰੋਂ 11 ਕਿਲੋ ਦੁੱਧ ਚੋ ਕੇ ਦਾਂਗੇ, ਪਰ ਹੁਣ ਜਾਇਜ਼ ਹੀ ਦੇ ਦਾਂਗੇ ਵੀਰ ਜੀ ਵੈੜ। ਕਿੰਨੇ ਦੀ ਵੀਰ ਜੀ? ਜੇ ਵਛੀ ਹੁੰਦੀ ਨਾਲ ਤੇ 45,000 ਦੀ। ਅੱਛਾ, ਹੁਣ ਵੀਰ ਜੀ ਦੇ ਦਾਂਗੇ ਵੈੜ 36,000 ਦੀ। 36,000 ਦੀ ਵਿੱਚੋਂ ਕਰਨਾ ਮਾਨਤਾਨ? ਹੋਰ ਮਾਨਤਾਨ ਕੋਈ ਨੀ, 1,000 ਛੱਡ ਦਾਂਗੇ, 35 ਦੀ ਦੇ ਦਾਂਗੇ, 35,000 ਦੀ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ? ਕੋਈ ਨੀ, ਕਰ ਦਾਂਗੇ ਮਾਨਤਾਨ, ਫੋਨ ਲਾਵੇ ਇੱਕ, ਫੋਨ ਲਾਵੇ ਬਸ। ਠੀਕ ਹੈ ਜੀ, ਹਾਂਜੀ ਹਾਂਜੀ, ਠੀਕ ਹੈ ਵੀਰ ਜੀ। ਬਾਕੀ ਵੀਰ ਜੀ ਛੋਟੀ ਜਰਸੀ ਤੇ ਬੜੀ ਮਿਲ ਜਾਂਦੀ, ਵੱਡੀ ਜਰਸੀ ਥੋੜੀ ਘੱਟ ਲੱਭਦੀ ਆ। ਬਾਕੀ ਇਹ ਆ ਕਿ ਜਿੰਨੀ ਵੀ ਹੈਗੀ ਆ ਪਲੀ ਜੁੜੀ ਆ ਸੋਹਣੀ ਆ, ਆਪਣੇ ਇੱਥੇ ਆ ਕੇ ਵੇਖ ਚਾ ਕੇ ਨਿਗਾਹ ਚੋਂ ਕੱਢ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਖੜਿਆ ਕਰ। ਭਾਵੇਂ 2 ਡੰਗ 4 ਡੰਗ ਭਾਵੇਂ ਕੋ ਚੋ ਕੇ ਖੜਿਆ ਆਪਣੇ ਕੋ। ਠੀਕ ਹੈ ਜੀ, ਹਾਂਜੀ, ਜਦੋਂ ਸਾਡੇ ਮਾਲ ਥੱਲੇ ਦੁੱਧ ਹੈਗਾ ਦੇ। ਠੀਕ ਹੈ ਜੀ, ਹਾਂਜੀ ਹਾਂਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ।